अजकल पुराने वीडियोस ते कमेंट आते पेन कि तुसा कोई नवा वीडियो कह नहीं बनेंदे पे। मैं तो आपको दसना चाहना कि हिंदी विच मेरा कोई कसूर कह नहीं, सारा कसूर कीर्ति दा है। ये सवेर तो लैके रात तक बिजी रहती है ते साकू वीडियो बनावन दा टाइम ही कह नहीं मिलता। हुण सवेर सवेर दा टाइम है ते देखो ये लगी हुई है, पता नहीं क्या बनाई पी है। ये पकौड़े तलींदे पे सवेरे सवेरे पकौड़े। अज तो मी भी कहनी पौंदा पिया, अज सब्जी कोई पई गया ना ही ते मैं कहा पकौड़े दी सब्जी बना लेनी हां। देख किन्नो मतलब हीकू हर चीज सोचनी पौंदी है। बिल्कुल सिर्फ तो ना थोड़ा स्क्रिप्ट सोचनी पौंदी है, मेरे को ध्यान रखना पौंदा है। अज क्या ये क्या है, ये मसाला बनिंदा पे फिर ये तरी वाले। अच्छा मसाला भुन के वल हिंदी तरी बने से वल हुंदे ए जेड़े पकौड़े तलींदे पे ने ते ओ पा दे से। देखो ये पकौड़े तलींदे पे ही कु तलन दा बहु मतलब अभ्यास है, प्रैक्टिस है ही कु तलन दी। ए मेरे को भी तली, आ देखो इन्ने सारे पकौड़े पहले ही तलने पे ने। मेरे को हर चीज दा अभ्यास है यार। मैं एक गल दसा, दसो जिन्ने सारे तू पकौड़े तल रखे ना ते कु सब्जी बनावन दी लोड़ ही कहनी, कल्ले पकौड़े खा के सुना ਹੁੰਦੇ ਨਾਲ ਹੀ ਨਾਸ਼ਤਾ ਥੀ ਵੇ ਸੀ। ਇਹ ਦੇਖੋ ਹੋਰ ਪੈਂਦੀ ਪਈ ਹੈ ਸਬਜ਼ੀ ਅੱਧੇ ਨੂੰ ਖਾਂਦੇ ਇਹ ਦੋ ਦੋ ਵਿੱਚੇ ਨਾ ਸੜੇ ਪਏ ਨੂੰ ਉਹ ਤੈਰਦੇ ਪਏ ਨੂੰ ਉਹਨਾਂ ਨੂੰ ਤਾਂ ਕੱਢ ਕੇ ਨਾ ਉਹ ਤੁਹਾਡੇ ਵਾਸਤੇ ਉਹ ਤਾਂ ਆਪਕੋ ਖੋਏ ਸਨ। ਅੱਛਾ ਤੁਸੀਂ ਸਾਰਾ ਦਿਨ ਮੇਰੇ ਕੋ ਤੰਗ ਕਰਦੇ ਨਾ, ਉਹ ਸਪੈਸ਼ਲ ਤੁਹਾਡੇ ਵਾਸਤੇ ਬਣਾਇਆ ਨਾ। ਦੇਖੋ ਇਹ ਮੇਰੇ ਕੋ ਖਵੇਂਦੀ ਵੀ ਸੜੇ ਪਕੌੜੇ ਹੈ ਤੇ ਸਾੜਦੀ ਵੀ ਮੇਰੇ ਕੋ ਹੈ। ਦੇਖੋ ਤੁਸੀਂ ਆਪ ਹੱਸਦੇ ਪਈ ਹੈ, ਕੰਮ ਤੇ ਲਾਈ ਰੱਖਦੇ ਹੋ ਸਾਰਾ ਦਿਨ, ਖਾਲੀ ਹੋਣ ਨਹੀਂ ਦਿੰਦੇ ਤੇ ਮੈਂ ਖੁਸ਼ ਕਿਵੇਂ ਰਹਾਂ ਦੱਸੋ। ਯਾਰ ਮੈਂ ਤਾਂ ਸਾਰਿਆਂ ਕੋ ਬਲਕਿ ਇਹੀ ਤਾਂ ਦਿਸੈਂਦਾ ਪਿਆ ਕਿ ਸਾਰਾ ਦਿਨ ਬਿਜੀ ਰਹਿੰਦੀ ਏ ਤੇ ਕੀ ਕਰਕੇ ਸਾਡੇ ਵੀਡੀਓ ਕਹਿ ਨਹੀਂ ਬਣ ਸਕਦੇ, ਕਿਉਂਕਿ ਮੈਂ ਕੱਲਾ ਤਾਂ ਵੀਡੀਓ ਬਣਾ ਕੇ ਨਹੀਂ ਸਕਦਾ। ਮੈਂ ਕੱਲਾ ਬਣੇਸਾਂ ਤਾਂ ਤੁਸਾਂ ਦੇਖ ਸੋ ਵੀ ਕਹਿਣਾ, ਤੇ ਜੇ ਤੁਸਾਂ ਮੇਰੇ ਕੋ ਕਮੈਂਟ ਕਰਕੇ ਦਸਾਵੇ ਕਿ ਜੇ ਮੈਂ ਕੱਲਾ ਵੀਡੀਓ ਬਣਾਵਾਂ ਤਾਂ ਤੁਸਾਂ ਦੇਖ ਸੋ ਤੇ ਕਿਉਂ ਕਹਿ ਲੈ। ਦੇਖੋ ਕਿੰਨਾ ਕਿੰਨਾ ਕੌਨਫੀਡੈਂਸ ਹੈ, ਆਤਮ ਵਿਸ਼ਵਾਸ। ਬਿਲਕੁਲ ਉਹੀ ਉਹ ਜੀ ਗੱਲ ਕਹਿਣੀ, ਮੇਰੇ ਕੋਲ ਇਤਨਾ ਕੰਮ ਹੈ ਮੈਂ ਹੁਣ ਖੜੀ ਵੀ ਨਹੀਂ ਹੋ ਸਕਦੀ, ਮੇਰੀ ਕਮਰ ਵਿੱਚ ਇਤਨਾ ਦਰਦ ਹੈ, ਬੈਠ ਕੇ ਕਰ। ਦੇਖੋ ਦੇਖੋ ਮੈਂ ਦਿਖੇ ਨਾ ਇਹ ਨਾ ਇਹ ਇਹ ਸੈਲਫ ਤੇ ਬੈਠੀ ਹੋਈ ਹੈ। ਦੇਖੋ ਮੈਂ ਸਵੇਰ ਦੀ ਲੱਗੀ ਹੋਈ ਹਾਂ, ਇਹ ਸੈਲਫ ਤੇ ਬੈਠ ਕੇ ਕੰਮ ਕਰੇਦੀ ਵੀ। ਰਹਿਣ ਦੋ ਤੁਸੀਂ, ਸਾਰਾ ਕਬਾੜਾ ਨਾ ਦਿਖਾਓ ਹੁਣ, ਕਬਾੜਾ ਸਾਰਿਆਂ ਦੀ ਰਸੋਈ ਦਾ ਹੀ ਆ ਹਾਲ ਹੁੰਦੇ ਸਵੇਰੇ ਸਵੇਰੇ। ਜਦੋਂ ਸਾਫ਼ ਸਫਾਈ ਹੋਵੇ ਸੀ ਨਾ ਰਸੋਈ ਦੀ ਵੱਲ, ਤੁਸੀਂ ਦੇਖਣਾ ਕਿੰਨੀ ਸਾਫ਼ ਕਰਦੇ ਸੀ, ਚਮਕਾੜੇ ਸੀ ਪਹਿਲਾਂ। ਅੱਜ ਹਿਨੇ ਘਿਓ ਵੀ ਬਣਾਏ ਸਵੇਰੇ ਸਵੇਰੇ ਉੱਠ ਕੇ, ਪਹਿਲਾਂ ਤਾਂ ਮਲਾਈ ਦਾ ਹਿਨੇ ਉਹ ਕੱਢਿਆ ਸੀ, ਕਿਆ ਕਹਿੰਦੇ ਨੇ ਮੱਖਣ ਕੱਢਿਆ ਸੀ। ਇਹ ਦੇਖੋ ਮੈਂ ਜਦੋਂ ਦਿਖੇ ਨਾ ਘਿਓ, ਇਹ ਘਿਓ ਬਣਿਆ ਪਿਆ। ਦੇਖੋ ਇਹ ਹੁਣ ਹੀ ਕੁਛ ਛਣੇ ਸੀ, ਪਹਿਲਾਂ ਸਵੇਰੇ ਸਵੇਰੇ ਹਿਨੇ ਮਲਾਈ ਦਾ ਮੱਖਣ ਕੱਢੇ ਵੱਲ, ਮੱਖਣ ਦਾ ਘਿਓ ਬਣਾਇਆ, ਮਲਾਈ ਕੋ ਰਗੜਾ ਦਿੱਤਾ ਸੀ ਹਿਨੇ ਬਹੁ ਜ਼ੋਰ ਦੀ, ਰਗੜੇ ਡੇਵਨ ਦੀ ਵੀ ਬਹੁ ਪ੍ਰੈਕਟਿਸ ਹੈ। ਮੇਕੂ ਬਹੁ ਰਗੜੇ ਦਿੰਦੀ ਹੈ, ਅੱਛਾ ਤਾਂ ਹੀ ਰਗੜੇ ਦੇਣੀ ਰਹਿਣੀ ਮੇਕੂ। ਅੱਛਾ ਹੁਣ ਅੱਗੇ ਦਾ ਕਿਆ ਪ੍ਰੋਸੈਸ ਹੈ? ਬਸ ਹੁਣ ਸਬਜ਼ੀ ਤਿਆਰ ਹੋ ਗਈ ਸੀ, ਫਿਰ ਆਟਾ ਮਲੇ ਸਾਂ, ਰੋਟੀਆਂ ਪਕੇ ਸਾਂ, ਹੋਰ ਮੇਰਾ ਤਾਂ ਫਰਜ਼ ਨਹੀਂ, ਇਹੀ ਕੰਮ ਹੈ, ਹੋਰ ਕੀ ਕਰਨਾ ਹੈ। ਬਸ ਅਰਜਨ ਕੁਛ ਹੋਰ ਮੰਗ ਸੀ, ਸਮਾਨ ਨਹੀਂ ਕੁਛ ਹੋਰ ਮੰਗ ਸੀ, ਲੱਗੇ ਰਹੋ ਸਾਰਾ ਦਿਨ, ਹੋਰ ਕੀ ਹੋਇਆ। ਇਤਨੀ ਦੇਰ ਚ ਲੰਚ ਦਾ ਟਾਈਮ ਸੀ ਵੈਸੇ। ਬਸ ਇਹ ਕਾਰਨ ਹੈ ਜੀ ਸਾਡੇ ਵੀਡੀਓ ਰੋਜ਼ ਕਹਿ ਨਹੀਂ ਆਉਂਦੇ ਪਏ। ਦੇਖੋ ਤੁਸੀਂ ਮੈਨੂੰ ਤੰਗ ਕਰਨਾ ਬੰਦ ਕਰ ਦਿਓ, ਮੈਂ ਰੋਜ਼ ਵੀਡੀਓ ਪਾਵਾਂ ਜੇ ਤੁਹਾਡੇ ਨਾਲ, ਜਾਂ ਫਿਰ ਮੇਰੇ ਇਹ ਵੀ ਵੀਡੀਓ ਦਿਖਾਈ ਚੱਲੋ, ਹੋਰ ਕੀ ਕਰੋਗੇ। ਇਹ ਵੀਡੀਓ ਕੌਣ ਦੇਖ ਸੀ ਯਾਰ? ਸਾਰਿਆਂ ਦੇ ਘਰਾਂ ਚ ਹੁੰਦੇ, ਲੋਕਾਂ ਕੋ ਮਨੋਰੰਜਨ ਚਾਹੀਦੇ, ਤੁਹਾਡੀ ਬਿਜ਼ੀ ਲਾਈਫ ਤੋਂ ਲੋਕਾਂ ਕੋਈ ਮਤਲਬ ਕਹਿ ਨਹੀਂ। ਉਹਨਾਂ ਕੋ ਚਾਹੀਦੇ ਮਨੋਰੰਜਨ, ਉਹਨਾਂ ਕੋ ਮਨੋਰੰਜਨ ਚਾਹੀਦੇ। ਤੂੰ ਭਾਵੇਂ ਪਕੌੜੇ ਬਣਾ ਭਾਵੇਂ ਪਨੀਰ ਬਣਾ, ਲੋਕਾਂ ਕੋਈ ਮਤਲਬ ਕਹਿ ਨਹੀਂ। ਲੋਕਾਂ ਕੋ ਚਾਹੀਦੇ ਆਪਣੀ ਨੋਕ ਝੋਕ, ਆਪਣੀ ਹਾਂ ਸਭ ਦੇ ਘਰ ਬਣਦੇ ਤੇ ਉਹ ਨਾਸ਼ਤਾ ਉਹ ਨਾ ਹਾਂ ਕੋਈ ਇਡਲੀ ਸਾਂਬਰ ਖਾਂਦੇ, ਕੋਈ ਪਰਾਂਠੇ ਬਣਾ ਕੇ ਖਾਂਦੇ, ਕੋਈ ਸਬਜ਼ੀਆਂ ਬਣਾ ਕੇ ਖਾਂਦੇ, ਲੇਕਿਨ ਮੈਂ ਕੋ ਸਾਡਾ ਉਹ ਯਾਰ ਸਾਰੇ ਖਾਂਦੇ ਨੇ ਪਰ ਰੋਜ਼ ਅਲੱਗ ਅਲੱਗ ਚੀਜ਼ ਬਣਾਉਂਦੇ ਨੇ। ਪਰ ਮੈਂ ਵੀ ਤਾਂ ਅਲੱਗ ਅਲੱਗ ਬਣਾਉਂਦੀ ਹਾਂ, ਮਤਲਬ ਹਾਂ ਹਫਤੇ ਚ ਦੋ ਜਾਂ ਤਿੰਨ ਦਿਨ ਅਲੱਗ ਬਣਾਉਂਦੀ ਏ, ਬਾਕੀ ਦੇ ਚਾਰ ਦਿਨ ਕਿਆ ਬਣਾਉਂਦੀ ਏ, ਕਿਆ ਬਣਾਉਂਦੀ ਏ ਚਾਰ ਦਿਨ
ਸਬਜ਼ੀਆਂ ਬਣਨੀਆਂ ਕਿਆ ਬਣਨੀਆਂ ਜਾਂ ਕੋਈ ਸਪੈਸ਼ਲ ਚੀਜ਼ ਬਣਦੀ ਹੈ ਘੀਆ ਬਣਦੇ ਘੀਆ ਘੀਆ ਖਾਂਦੇ ਵੀ ਐਵੇਂ ਹਾਂ ਬੇਇੱਜ਼ਤੀ ਕਰ ਦਿੰਦੇ ਘੀਆ 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 ਇਹ ਦੇਖੋ ਇਹਨੇ ਗੈਸ ਬੰਦ ਕਰ ਦਿੱਤੇ ਪਕੌੜੇ ਤਲੀ ਚ ਗਏ ਨੇ ਤੇ ਹੁਣ ਸਬਜ਼ੀ ਤਿਆਰ ਹੋਣ ਵਾਲੀ ਹੈ ਸਬਜ਼ੀਆਂ ਲੈ ਕੇ ਅੱਛਾ ਹੀਂ ਦੇ ਬਾਅਦ ਤੇਰਾ ਕਿਆ ਕੰਮ ਬਾਕੀ ਹੈ ਮੇਰੇ ਵਾਸਤੇ ਢੇਰ ਸਾਰੇ ਕੰਬਲ ਨਿਕਲੇ ਮੈਂ ਉਹਨਾਂ ਨੂੰ ਸੈੱਟ ਕਰਨੇ ਦੇਖ ਲਓ ਗਰਮੀਆਂ ਆ ਗਈਆਂ ਗਰਮੀਆਂ ਦੇ ਕੱਪੜੇ ਕੱਢਨੇ ਕੰਮ ਬਹੁਤ ਸਾਰਾ ਪਿਆ ਹਾਲੇ ਮੈਂ 6 ਦਿਨ ਪਹਿਲਾਂ ਹੋਲੀ ਵਾਲੇ ਸਪੈਸ਼ਲ ਵੀਡੀਓ ਦੀ ਨਵੀਂ ਸਕ੍ਰਿਪਟ ਲਿਖ ਕੇ ਰੱਖੀ ਹੋਈ ਹੈ ਮੈਂ ਹੀ ਕੋ ਕਹਿੰਦਾ ਪਿਆ ਹੁੰਦੀ ਸ਼ੂਟਿੰਗ ਕਰਕੇ ਹੁੰਦੇ ਆ ਐਡੀਟਿੰਗ ਕਰਕੇ ਮੈਂ ਪੋਸਟ ਕਰ ਦੇ ਸਾਂ ਪਰ ਸਾਡਾ ਹੋਲੀ ਵਾਲਾ ਵੀਡੀਓ ਸ਼ੂਟ ਹੀ ਕਹਿ ਨਹੀਂ ਹੁੰਦਾ ਪਿਆ ਇੱਕੋ ਟਾਈਮ ਹੀ ਕਹਿ ਨਹੀਂ ਮਿਲਦਾ ਕਿਉਂਕਿ ਬਾਕੀ ਟਾਈਮ ਵਿੱਚ ਮੇਰੇ ਕੋ ਵੀ ਬਹੁਤ ਸਾਰੇ ਕੰਮ ਹੁੰਦੇ ਨੇ ਤੇ ਮੈਂ ਵੀ ਆਪਣੇ ਕੰਮ ਤੇ ਵੰਜਣਾ ਹੁੰਦੇ ਕੰਮ ਕਰਨੇ ਹੁੰਦੇ ਨੇ ਕਦੇ ਇਹ ਬੀਜੀ ਕਦੇ ਮੈਂ ਬੀਜੀ ਤੇ ਬਸ ਬੀਜੀ ਬੀਜੀ ਵਿੱਚ ਸਾਡੇ ਵੀਡੀਓ ਜਿਹੜੇ ਹਨ ਉਹ ਬੀਜੂ ਬਣ ਗਏ ਦੇਖੋ ਤੁਸੀਂ ਮੈਂ ਕੋਈ ਕੰਮ ਨਾ ਕਰਨ ਦਿਓ ਇੱਕ ਦਿਨ ਨਹੀਂ ਵਾਲ ਹੋਲੀ ਵਾਲਾ ਵੀਡੀਓ ਹੋਲੀ ਤੋਂ ਬਾਅਦ ਬਣਾਉਂ ਓਹੋ ਐਵੇਂ ਕਰੋ ਅੱਜ ਲੰਚ ਤੇ ਡਿਨਰ ਬਾਹਰੋਂ ਮੰਗਵਾ ਲਓ ਉਹ ਵੀਡੀਓ ਸਾ ਬਣਾ ਲੈਨੇ ਬਾਹਰੋਂ ਮੰਗਵਾ ਕੇ ਨੋ ਉਹਦੇ ਕੀ ਮੁਸ਼ਕਿਲ ਨਹੀਂ ਆਪਾਂ ਵੀਡੀਓ ਹੀ ਬਾਅਦ ਚ ਬਣਾ ਗਏ ਤੂੰ ਲੰਚ ਬਣਾ ਕੇ ਨਹੀਂ 100-200 ਰੁਪਏ ਲੱਗ ਰਹੇ ਸੀ ਵੇ ਕੀ ਆ ਗਿਆ 100 ਰੁਪਏ ਚ ਕਿਹੜਾ ਲੰਚ ਆਉਂਦੇ ਯਾਰ ਕੋਈ ਗੱਲ ਨਹੀਂ 200 ਖਰਚ ਕਰ ਦੇਣਾ ਤੇ ਡਿਨਰ ਡਿਨਰ ਵੀ ਮੰਗਵਾ ਨਾ ਕਿਹਾ 500 ਰੁਪਏ ਖਰਚਾ ਕਰ ਵੀ ਦੇਸੋ ਤਾਂ ਰਾਮ ਰਾਮ ਦੇਖਿਨੋ ਜੀ ਅਸਾਂ ਵੀਡੀਓ ਬਣਾਉਂਦੇ ਆ ਤੁਹਾਡਾ ਮਨੋਰੰਜਨ ਵੀ ਕਰਦੇ ਆ ਤੇ ਪੱਲੋਂ ਪੈਸਾ ਵੀ ਖਰਚ ਹੁੰਦੇ ਸਾਰੇ ਸੋਚਦੇ ਨੇ ਸਾਕੂ ਵੀਡੀਓ ਦੇ ਪੈਸੇ ਆਉਂਦੇ ਨੇ ਪਰ ਸੱਚੀ ਸੌਂ ਖਾ ਕੇ ਕਹਿਣਾ ਸਾਕੂ ਇੰਨੇ ਪੈਸੇ ਕਹਿ ਨਹੀਂ ਆਉਂਦੇ ਜਿੰਨੇ ਸਾਡੇ ਖਰਚ ਹੋ ਪੈਂਦੇ ਨੇ ਸਾਡੀ ਸਪੋਰਟ ਕਰੋ ਯਾਰ ਅੱਛਾ ਜੀ ਇਹ ਤਾਂ ਬੀਜੀ ਰਾਸੀ ਤੇ ਮੈਂ ਬਸ ਤੁਹਾਨੂੰ ਇਹ ਦਿਖਾਉਣਾ ਹੈ ਕਿ ਸਾਡੇ ਨਵੇਂ ਵੀਡੀਓ ਕਿਉਂ ਕਹਿ ਨਹੀਂ ਆਉਂਦੇ ਪਏ ਓਕੇ ਬਾਏ ਬਾਏ ਕਰਦੇ ਹਾਂ ਬਾਏ ਬਾਏ